ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ 2024 ਅਕਤੂਬਰ ਮਹੀਨਾ ਖਤਮ ਹੋਣ ਵਾਲਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਨ ਖਾਈ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਝੋਨਾ ਵੱਢ ਕੇ ਮੰਡੀ ਦੇ ਵਿੱਚ ਕਿਸਾਨ ਲੈ ਚੁੱਕਾ ਹੈ ਲੇਕਿਨ ਇਸ ਸਾਲ ਬਹੁਤ ਵੱਡੀ ਦਿੱਕਤ ਹੋਈ ਹੈ ਕਿ ਝੋਨਾ ਵਿਕ ਨਹੀਂ ਰਿਹਾ ਜਾਂ ਘੱਟ ਤੇ ਵਿਕ ਰਿਹਾ ਕਿਸਾਨ ਪਰੇਸ਼ਾਨ ਹੈ ਪਰantu ਇਹਦੇ ਨਾਲ ਨਾਲ ਪੱਛਮੀ ਹਵਾਵਾਂ ਵਗਣ ਕਰਕੇ ਜ਼ਮੀਨ ਖੁਸ਼ਕ ਹੋ ਰਹੀ ਹੈ ਤੇ ਕਿਸਾਨ ਕਈ ਕਿਸਾਨ ਵੀਰਾਂ ਨੇ ਕਣਕ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ ਭਾਵੇਂ ਕਿ ਤਾਪਮਾਨ ਹਜੇ ਤੀ ਕਣਕ ਦੇਣ ਕੋਲ ਨਹੀਂ ਨਜ਼ਰ ਆ ਰਿਹਾ ਤਾਂ ਮੈਂ ਇੱਥੇ ਜੋ ਕਿਸਾਨ ਵੀਰ ਕਣਕ ਦੀ ਬਿਜਾਈ ਕਰਨ ਲੱਗੇ ਨੇ ਜਾਂ ਜਿਹੜੇ ਕਿਸਾਨ ਵੀਰਾਂ ਨੇ ਕੁਝ ਦਿਨ ਰੁੱਕ ਕੇ ਬਿਜਾਈ ਕਰਨੀ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੀ ਬਿਜਾਈ ਪਛੜ ਜਾਣੀ ਨੇ ਇਸ ਸਾਲ ਕਿਉਂਕਿ ਮੰਡੀ ਦੇ ਵਿੱਚ ਹੀ 15-15 ਦਿਨ ਤਾਂ ਮੰਡੀ ਖਾ ਗਈ ਤਾਂ ਫਿਰ ਅਸੀਂ ਕਿਹੜੀਆਂ-ਕਿਹੜੀਆਂ ਕਣਕ ਦੇ ਸਾਵਧਾਨੀਆਂ ਵਰਤਣੀਆਂ ਉਹਦੇ ਲਈ ਗੱਲ ਕਰਦਾ ਹਾਂ ਦੇਖੋ ਪਹਿਲੀ ਗੱਲ ਤਾਂ ਧਿਆਨ ਚ ਰੱਖਿਓ ਕਿ ਕਣਕ ਦੀਆਂ ਕਿਸਮਾਂ ਬਹੁਤ ਸਾਰੀਆਂ ਨੇ ਮੈਂ ਵੀ ਵੀਡੀਓ ਪਾ ਰਿਹਾ ਹਾਂ ਪੋਸਟਾਂ ਪਾ ਰਿਹਾ ਹਾਂ 370 71 ਪੱਤ 327 826 ਤੇ ਕਈ ਬੰਦੇ ਇੱਥੇ ਉਹ ਜਿਹੜੇ ਪੈਸੇ ਲੈ ਕੇ ਮਸ਼ਹੂਰੀਆਂ ਕਰਨ ਵਾਲੇ ਵੀ ਫਿਰਦੇ ਐ ਤਾਂ ਇਹ ਤੁਹਾਨੂੰ ਭ्रामਕ ਪ੍ਰਚਾਰ ਕਰਨਗੇ ਫਲਾਣਾ ਟੁੰਕਾ ਇਹ ਉਹ ਕਿਸੇ ਦੀ ਗੱਲ ਦੇ ਵਿੱਚ ਨਹੀਂ ਆਉਣਾ ਮੇਰੀ ਗੱਲ ਦੇ ਵਿੱਚ ਵੀ ਨਹੀਂ ਆਉਣਾ ਧਿਆਨ ਰੱਖੋ ਜਿਹੜੀ ਨਵੀਂ ਕਿਸਮ ਹੈ ਬਹੁਤ ਥੋੜੇ ਜਿਹੇ ਇਲਾਕੇ ਦੇ ਵਿੱਚ ਆਪਦੇ ਖੇਤ ਦੇ ਵਿੱਚ ਟਰਾਇਲ ਕਰਨੀ ਹੈ ਦੇਖੋ 131 ਝੋਨਾ ਪਿਛਲੇ ਸਾਲ ਬਹੁਤ ਸੁਨਾ ਝਾੜ ਦਿੰਦਾ ਸੀ ਐਕਤਰੀ 131 ਝੋਨੇ ਦਾ ਝਾੜ ਪਿਛਲੇ ਸਾਲ ਵਰਗਾ ਨਹੀਂ ਰਿਹਾ ਉਹਦੇ ਕਈ ਸਾਰੇ ਕਾਰਨ ਹੈ ਅਗਲੀ ਵੀਡੀਓ 'ਚ ਗੱਲ ਕਰਾਂਗੇ ਕਈਆਂ ਨੂੰ ਤਾਂ 20 ਸਹੀ ਨਹੀਂ ਮਿਲਿਆ ਕਵੀ ਖਾਤਵਾਦ ਪਾ ਗਿਆ ਕੋਈ ਕਿਤੇ ਗਲਤੀ ਕਰ ਗਿਆ ਮਤਲਬ ਕਿ ਕਈ ਸਰਕਾਰਾਂ ਨੇ ਤਾਂ ਜਿੰਨੀ ਦੇਰ ਤੱਕ ਤੁਸੀਂ ਕਿਸਮ ਦਾ ਟਰਾਇਲ ਨਹੀਂ ਕਰਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕਿਸਮ ਮੇਰੇ ਖੇਤ कामयाब ਹੋ ਸਕਦੀ ਹੈ ਕੋਈ ਕਿਸਮ ਲੋਕਾਂ ਦੀ ਸੋਨੇ ਵਰਗੀ ਹੋਵੇ ਪਰੰਤੂ ਤੁਸੀਂ ਆਪ ਦੇ ਖੇਤ ਜਿੰਦੇ ਟਰਾਇਲ ਨਹੀਂ ਕਰ ਲੈਂਦੇ ਤੁਹਾਡੇ ਕੋਲੇ ਤਾਂ ਉਹ ਗੋਆ ਹੀ ਹੈ ਕਿਸੇ ਭਾ ਦੀ ਨਹੀਂ ਇਸ ਕਰਕੇ ਪਹਿਲਾਂ ਆਪ ਦੇ ਖੇਤ ਦੇ ਵਿੱਚ ਥੋੜੇ ਏਰੀਆ ਜ ਟਰਾਇਲ ਕਰੋ ਫੇਰ ਜਿਹੜਾ ਹੈਗਾ ਤੁਸੀਂ ਅੱਗੇ ਵਧੋ ਆਮ ਤੌਰ ਤੇ ਕਿਸਾਨ ਵੀ ਰਾਣ ਗਵਾਂਢ ਜਾਂ ਮੀਰੀਰ ਕੋਲ ਪੁੱਛਦੇ ਕਿਹੜੀ ਵੈਰਾਈਟੀ ਲਈਏ ਵੈਰਾਈਟੀ ਦੀ ਸਿਲੈਕਸ਼ਨ ਬਾਰੇ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਆਪਦੇ ਪਿੰਡ 'ਚ ਦੇਖੋ ਕਿ ਕਿਹੜੀ ਵੈਰਾਈਟੀ ਨੇ ਝਾੜ ਕਿੰਨਾ ਦਿੱਤਾ ਉਹਨਾਂ ਕਿਸਮਾਂ ਦੇ ਵਿੱਚੋਂ ਇੱਕ ਕਿਸਮ ਦੀ ਚੋਣ ਕਰਨੀ ਹੈ ਆਪਣੇ ਆਂਗਵਾਂਢ ਪਿੰਡ ਦੇ ਵਿੱਚ ਪਿਛਲੇ ਸਾਲ ਕਿਹੜੀ-ਕਿਹੜੀ ਕਿਸਮ ਨੇ ਕਿੰਨਾ-ਕਿੰਨਾ ਝਾੜ ਦਿੱਤਾ ਉਹਦਾ ਧਿਆਨ ਰੱਖ ਕੇ ਜਿਹੜਾ ਹੈਗਾ ਕਿਸਮਾਂ ਬਿਜਣੀ ਹੈ ਹਾਂ ਇੱਕ ਗੱਲ ਜ਼ਰੂਰ ਹੈ ਆਪਾਂ ਪ੍ਰਾਣੀਆਂ ਕਿਸਮਾਂ 30 86 ਵਗੈਰਾ ਜਿਹੜੀਆਂ ਪ੍ਰਾਣੀਆਂ ਕਿਸਮਾਂ ਐ ਛੱਡਣੀਆਂ ਐ ਹੌਲੀ-ਹੌਲੀ ਆਪਾਂ ਨਵੀਆਂ ਕਿਸਮਾਂ ਵੱਲ ਆਉਣਾ ਕਿਉਂਕਿ ਪ੍ਰਾਣੀਆਂ ਕਿਸਮਾਂ ਦੀ ਕਈ ਦਿੱਕਤਾਂ ਐ ਜਿਹੜੇ ਕੁਝ ਤਾਂ ਅੱਗੇਤੀ ਗਰਮੀ ਨਹੀਂ ਸਹਾਰ ਸਕਦੀਆਂ ਜਿਵੇਂ ਇਸਦੀ ਗਰਮੀ ਪਈ ਜਾਂਦੀ ਐ ਕੁਝ ਕਿਸਮਾਂ ਪਛੇਤੀ ਗਰਮੀ ਨਹੀਂ ਸਹਾਰ ਸਕਦੀਆਂ ਤਾਂ ਇਹ ਕਿਸਮਾਂ ਛੱਡ ਕੇ ਆਪਾਂ ਨਵੀਆਂ ਤੇ ਆਉਣਾ ਹੈ ਤੋਂ ਤੁਸੀਂ ਹੌਲੀ-ਹੌਲੀ ਟ੍ਰਾਇਲ ਕਰੋ ਕਿ ਤੁਹਾਡੇ ਖੇਤ ਕਿਹੜੀ-ਕਿਹੜੀ ਕਿਸਮ ਸੈੱਟ ਹੁੰਦੀ ਐ ਫਿਰ ਆਪਾਂ ਪ੍ਰਾਣੀਆਂ ਕਿਸਮਾਂ ਛੱਡ ਜਾਣਗੇ ਪਿਛਲੇ ਸਾਲ ਝਾੜ ਬਹੁਤ ਸੋਹਣਾ ਸੀ ਪਿਛਲਾ ਸਾਲ ਤਾਂ ਗਦੇ ਘੋੜੇ ਦਾ ਮੁੱਲ ਇੱਕੀ ਪਿਆ ਕਿਉਂਕਿ ਜਿਹੜੇ ਹਰ ਇੱਕ ਕਿਸਮ ਨੇ ਮੌਸਮ ਚੰਗਾ ਹੋਣ ਕਰਕੇ ਜੋ ਝਾੜ ਸੀ ਵਧੀਆ ਝਾੜ ਦੇ ਦਿੱਤੇ ਪਰੰਤੂ ਹਰ ਸਾਲ ਇਹ ਨਹੀਂ ਹੋਣਾ ਝਾੜ ਹਮੇਸ਼ਾ ਮੌਸਮ ਤੇ ਨਿਰਭਰ ਹੋਏਗਾ ਠੀਕ ਹੈ ਤੇ ਜਦੋਂ ਮੌਸਮ 2022 ਵਰਗਾ ਹੋਵੇ ਤਾਂ ਕੁਝ ਖਾਸ ਕਿਸਮ ਅੱਗੇ ਨਿਕਲਦੀਆਂ ਜੇ ਮੌਸਮ ਤੁਹਾਡਾ 2021 ਵਰਗਾ ਹੋਇਆ ਦੇ ਜੇ ਮੌਸਮ ਤੁਹਾਡਾ ਦੋਇਆ ਤਈ ਅਰਗਾਇਆ ਫਿਰ ਤਾਂ ਕੋਈ ਵੀ ਕਿਸਮਾ ਮਲ ਮਾਰ ਜੂ ਅੱਗੇ ਨਿਕਲ ਜੂਗੀ ਤਾਂ ਇਹ ਧਿਆਨ ਰੱਖਣਾ ਅਗਲੀ ਗੱਲ ਕਦੇ ਵੀ ਸਾਰੇ ਕਿਸਮ ਦੇ ਖੇਤ ਦੇ ਵਿੱਚ ਇੱਕ ਕਿਸਮ ਨਹੀਂ ਲਾਉਣੀ ਇਹ ਧਿਆਨ ਰੱਖਿਓ ਜੇ ਪਿਛਲੇ ਸਾਲ 826 ਗੇਤੀ ਲਾਲੀ ਸਾਰੇ ਸਾਰੀ ਮਰ ਗਿਆ ਕਿਸਾਨ ਕਿਸਮ ਦਾ ਇਹ ਨਹੀਂ ਪਤਾ ਕਿ ਕਿਹੜੀ ਕਿਸਮੇ ਕਦੋਂ ਝੜਨ ਫਿਰ ਹੋ ਗਈ 131 ਵਾਲੀ ਗੱਲ ਆ ਗਈ ਮੇਰੇ ਕੋਲੇ ਮੰਡੀ ਚ ਇਹੋ ਜਿਹੇ ਕਿਸਾਨ ਬੈਠੇ ਆ ਜਿਨੇ ਕਿ ਪਿਛਲੇ ਸਾਲ 107 ਕਟੇ 131 ਦੇ ਖੇਤ ਚੋਂ ਕੱਢੇ ਆ ਐਕਤਰੀ ਉਹ ਹੀ ਕਿਸਾਨ ਕਹਿ ਰਿਹਾ ਕਿ ਮੇਰੇ ਘੱਟੇ ਨਿਕਲੇ 85 ਕੀ ਕਰ ਲਊਗਾ 131 ਕਿਸਮ ਆੜੀ ਹੈ ਕਿ ਕੀ ਮਾੜਾ ਮੈਨੂੰ ਦੱਸੋ ਪਿਛਲੇ ਸਾਲ 107 ਕਟੇ ਐਕਤਰੀ ਉਸੇ ਕਿਸਾਨ ਦੀ ਜਿਹੜੇ 85 ਕਟੇ ਕਦੇ ਵੀ ਪੂਰੇ ਖੇਤ ਦੇ ਵਿੱਚ ਇੱਕ ਕਿਸਮ ਨਾ ਲਾਓ ਜੇ ਇੱਕ ਕਿਸਮ ਲਾ ਲਈ ਤਾਂ ਤੁਸੀਂ ਜੂਆ ਖੇਡੋਗੇ ਤੇ ਜੂਏ ਦੇ ਵਿੱਚ ਕਦੇ ਵੀ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਹੈ ਠੀਕ ਹੈ ਜਿੰਨਾ ਵੀ ਪ੍ਰਾਲੀ ਦਾ ਪ੍ਰਬੰਧ ਕਰ ਰਹੇ ਹਾਂ ਚਾਹੇ ਸਿਆ ਹੈਪੀ ਸਿਡਨਾ ਬੀਜ ਰਹੇ ਹੈ ਚਾਹੇ ਹੋਰ ਤ੍ਰਿਕਣਾ ਬੀਜ ਰਹੇ ਹਾਂ ਉਹ ਚ ਲੌਂਗ ਔਰ ਕੈਲੀਓ ਪਟਾਈ ਵਾਲੀਆਂ ਕਿਸਮਾਂ ਜਿਹਦੀ ਸੁਆ ਲੰਮਾ ਹੁੰਦਾ ਹੈ ਜਿਵੇਂ ਪੀਬੀਡਬਲ 869 ਕਿਸਮਾਂ ਉਹ ਪ੍ਰਾਲੀ ਆਸਤੇ ਬੈਸਟ ਕਿਸਮਾਂ ਮੋٹے ਦਾਣੇ ਵਾਲੀਆਂ ਕਿਸਮਾਂ 826 222 187 869 327 ਮੋٹے ਦਾਣੇ ਵਾਲੀਆਂ ਉਹ ਵੀ ਗ੍ਰੇਡ ਕਰਕੇ ਮੋਟਾ ਦਾਣਾ ਵਰਤੋ ਫਿਰ ਜਿਹੜਾ ਹੈਗਾ ਪ੍ਰਾਲੀ ਚੋ ਕਾਮਯਾਬ ਹੋਣੀ ਹੈ ਜਿਹੜੇ ਖੇਤਾਂ ਚ ਪਾਣੀ ਨਹੀਂ ਜੀਰਦਾ ਉਨ੍ਹਾਂ ਖੇਤਾਂ ਦੇ ਵਿੱਚ PVW803 ਵੈਰੈਟੀ ਜਿਹੜੀ ਹੈਗੀ ਹੈ ਤੁਸੀਂ ਵਰਤ ਸਕਦੇ ਹੋ ਤਾਂ ਮਾੜਾ ਮੋਟਾ ਪਾਣੀ ਜਿਹੜਾ ਹੈਗਾ ਉਹਦਾ ਝਟਕਾ 303 ਵੀ ਸਹਾਰ ਸਕਦੀ ਹੈ ਜੇ ਤੁਹਾਡੇ ਖੇਤ ਹੋਵੇ ਦੂਜੇ ਪਾਸੇ ਸੇਮ ਵਾਲੇ ਹੈ ਤਾਂ ਸੇਮ ਵਾਲੇ ਕਿਸ ਖੇਤਾਂ ਦੇ ਵਿੱਚ ਔਰ ਫਿਰ ਤੁਸੀਂ KRL ਕਿਸਮ ਵਾਲੇ ਪਾਸ ਜਾਓਗੇ KRL 283 283 ਕਿਸਮ 15 ਦਿਨ ਪਾਣੀ ਸਹਾਰ ਮਾਰ ਸਹਾਰ ਜਾਂਦੀ ਹੈ ਜੇ ਤੁਸੀਂ ਘਰੇ ਖਾਣ ਵਾਸਤੇ ਕਣਕ ਵਿਚਣੀ ਹੈ PB1 ਚਪਾਤੀ ਤੁਹਾਡੇ ਵਾਸਤੇ ਵਧੀਆ, जिंक 1 ਤੁਹਾਡੇ ਵਾਸਤੇ ਵਧੀਆ ਹੈਗੀ ਹੈ। ਤੁਸੀਂ ਤੇ DBW 370 ਖਾਣ ਵਾਸਤੇ ਬਹੁਤ ਵਧੀਆ ਕਿਸਮ ਹੈਗੀ ਹੈ। ਠੀਕ ਹੈ। ਤਾਂ ਉਹਦਾ ਤੁਸੀਂ ਉਹਨੂੰ ਖੇਚ ਵੀ ਸਕਦੇ ਹੋ। ਅੱਛਾ ਬੀਜ ਸੋਧਾਂ ਦੇ ਉੱਤੇ ਤੁਹਾਨੂੰ ਵੀਡੀਓ ਮਿਲ ਜੇਗੀ। ਬੀਜ ਦੀ ਸੋਧ ਹਰ ਹਾਲਤ 'ਚ ਕਰਨੀ ਹੈ। ਬੀਜ ਸੋਧੇ ਬਿਨਾਂ ਜੇ ਕਿਸਮ ਬੀਜੋਗੇ ਤਾਂ ਫੇਰ ਆਪਣਾ ਨੁਕਸਾਨ ਆਪ ਕਰਾਉਗੇ। ਵੱਡੀ ਗੱਲ ਬੀਜ ਦੀ ਮਾਤਰਾ ਸਹੀ ਤਿਕਣਾ ਪਾਓ। ਖੇਤ ਦੇ ਹਿਸਾਬ ਨਾਲ ਕਿਸਮ ਚੁਣੋ। ਤੇ ਕਿਸਮ ਦੇ ਹਿਸਾਬ ਦੇ ਨਾਲ ਬਿਜਾਈ ਦਾ ਟਾਈਮ ਚੁਣੋ ਜੇ ਟਾਈਮ ਅੱਗੇ ਪਿੱਛੇ ਕਰ ਦਿਓਗੇ ਤਾਂ ਵੀ ਤੁਹਾਡਾ ਨੁਕਸਾਨ ਹੋਏਗਾ ਇੱਕ ਚੀਜ਼ ਧਿਆਨ ਰੱਖਿਓ ਤੁਸੀਂ ਕਿੰਨਾ ਮਰਜੀ ਜ਼ੋਰ ਲਾ ਲਿਓ ਜੇ ਤੁਹਾਡੇ ਬੁੱਟਿਆਂ ਦੀ ਸੰਖਿਆ ਖੇਤ ਸਹੀ ਨਹੀਂ ਹੋਈ ਤਾਂ ਤੁਹਾਡਾ ਨੁਕਸਾਨ ਹੋਏਗਾ ਆ ਜਿਹੜਾ 2024 ਦਾ ਸਾਲ ਹੈ ਬਹੁਤ ਸਾਰੇ ਖੇਤਾਂ ਦੇ ਵਿੱਚ ਕਣਕ ਨਹੀਂ ਉਗਣੀ ਇਸ ਸਾਲ ਕਿਉਂਕਿ ਪੱਛੋਂ ਚੱਲ ਗਈ ਹੈ ਪੱਛੋਂ ਚੱਲਣ ਦੇ ਕਰਕੇ ਖੇਤ ਖੁਸ਼ਕ ਹੋ ਗਏ ਜਿੱਥੇ ਖੇਤ ਖੁਸ਼ਕ ਲੱਗਦਾ ਹਜੇ ਟਾਈਮ ਹੈਗਾ ਗਰਮੀ ਬਹੁਤ ਪੈਂਦੀ ਹੈ ਤੁਸੀਂ ਜਿਹੜਾ ਹੈਗਾ ਜੇ ਰੌਣੀ ਕਰ ਲਓਗੇ ਤਾਂ ਠੀਕ ਰਹਿ ਜਾਓਗੇ ਮਤਲਬ ਕਿ ਮੈਂ ਨਹੀਂ ਕਹਿੰਦਾ ਕਿ ਸਾਰੇ ਰੌਣੀ ਕਰ ਦਿਓ ਮੈਂ ਇਹ ਕਹਿੰਨਾ ਕਿ ਜਿੱਥੇ ਤੁਹਾਨੂੰ ਲੱਗਦਾ ਸ਼ੱਕ ਹੈਗਾ ਤਾਂ ਤੁਸੀਂ ਉੱਥੇ ਜਿਹੜਾ ਹੈਗਾ ਰੌਣੀ ਕਰਨ ਨੂੰ ਤਰਜੀਹ ਦਿਓ ਜਿਹੜੇ ਬੰਦੇ ਦੇ ਖੇਚ ਪਪੂਲਰ ਵਗੈਰਾ ਹੈਗੇ ਆ ਉਹ ਧਿਆਨ ਰੱਖੋ ਤੁਹਾਡੇ ਵਾਸਤੇ PBW 725 ਤੇ PBW 677 ਕਿਸਮਾਂ ਬਹੁਤ ਵਧੀਆ ਨੇ ਜਿੱਥੇ ਪਾਣੀ ਨਹੀਂ ਹੈਗਾ ਉਹ ਆਪਾਂ ਇਕੱਠਾ ਪਾਣੀ ਵਾਲੀ ਕਿਸਮ ਆਪਣੀ ਵਰਤਨ ਕਿਸਮਾਂ ਤੇ ਮੈਂ ਅਲੱਗ ਤੋਂ ਆਵਾਂਗਾ ਕਿ ਕਿਹੜੀ ਕਿਸਮਾਂ ਕਿਹੜੇ ਖੇਤ ਦੇ ਵਿੱਚ ਵਰਤਣੀ ਹੈ ਆ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਇਹਦਾ ਧਿਆਨ ਜਰੂਰ ਰੱਖਿਓ ਵੱਡੀ ਗੱਲ ਜਿਹੜਾ ਹੈਗਾ ਹੁਣ ਕਿਸਮਾਂ ਦੇ ਜਿਹੜਾ ਆਪਾਂ ਚੈਪਟਰ ਦੀ ਗੱਲ ਕਰਾਂਗੇ ਇੱਕ ਤਾਂ ਵੀਡੀਓ ਸ਼ੇਅਰ ਜਰੂਰ ਕਰਦੀਆਂ ਦੂਜੀ ਗੱਲ ਹੈਗੀ ਕਿ ਇੱਕ ਇੱਕ ਕਿਸਮ ਦਾ ਸੋਨਾ ਪਿਛਲੇ ਸਾਲ ਵਾਲੀ ਗਲਤੀ ਨਾ ਕਰਿਓ ਪਿਛਲੇ ਸਾਲ 826 ਜਿਹੜੀ ਕਿ ਬਾਰ ਬਾਰ ਕਿਹਾ ਗਿਆ ਸੀ ਕਿ 5 ਨਵੰਬਰ ਤੋਂ ਬਾਅਦ ਵੀਡੀਓ ਵੇਚਤੀ ਜਿਹੜੀ ਹੈਗੀ 28 ਅਕਤੂਬਰ ਨੂੰ 28 ਅਕਤੂਬਰ ਨੂੰ ਵੇਚ ਕੇ ਮੁੜ ਕੇ ਫਰਵਰੀ ਵਾਲਾ ਕੋਰਾ ਮਾਰ ਗਿਆ ਕੋਰਾ ਮਾਰ ਗਿਆ ਨੁਕਸਾਨ ਕਰ ਗਿਆ ਅੱਛਾ ਵੇਚ ਕਈ ਸਰ ਇਹੋ ਜਿਹੇ ਵੀਰ ਵੀ ਆਉਂਦੇ ਐ ਇੱਕ ਵੀਰ ਨੇ ਪਿੱਛ ਚਲੋ ਇੱਕ ਟੈਕਨੀਕਲ ਬੰਦਾ ਨਹੀਂ ਹੈਗਾ ਹਨਾ ਆਂ ਬੰਦੇ ਦਾ ਆਪਾਂ ਕਹਿਣਾ ਕੀ ਕਹਿਣਾ ਬੋਲੀ ਜਾਂਦੇ ਬੋਲੀ ਜਾਂਨ ਵੀਰ ਨੇ ਇੱਕ ਵੀਡੀਓ ਪਾਤੀ ਕਿ ਐਵੇਂ ਕੋਈ ਵੱਡੇ ਮਾਰ ਕੇ ਹੀ ਜਾਂਦੇ ਕਿ ਫਰਵਰੀ ਵਾਲਾ ਕੋਰਾ ਮਾਰ ਜੂ ਕੋਈ ਕੋਰਾ ਨਹੀਂ ਮਾਰਦਾ ਪਰੰਤੂ ਮਾਰ ਗਿਆ ਕੋਰਾ ਪਿਛਲੇ ਸਾਲ ਇਸ ਕਰਕੇ ਇੱਧਰ ਉੱਧਰ ਦੀਆਂ ਗੱਲਾਂ ਨੂੰ ਨਾ ਸੁਣਿਓ ਜੋ ਜਿਹੜੀ ਵੈਰਾਈਟੀ ਦੇ ਲਈ ਜਿਹੜੀ ਗੱਲ ਕਹੀ ਕਿ ਉਸ ਨੂੰ ਧਿਆਨ ਦਿਓ ਅੱਛਾ ਵੱਡੀ ਗੱਲ ਜਿੰਨੀਆਂ ਸਰਕਾਰੀ ਕਿਸਮਾਂ ਨੇ ਇਹਨਾਂ ਦਾ ਜਿਹੜਾ ਐਵਰੇਜ ਝਾੜ ਹੈ ਉਹ ਘੱਟ ਦੱਸਿਆ ਜਾਂਦਾ ਹੈ ਤੇ ਜਿੰਨੀਆਂ ਪ੍ਰਾਈਵੇਟ ਕਿਸਮਾਂ ਨੇ ਉਹ ਤੁਹਾਨੂੰ ਪੋਟੈਂਸ਼ੀਅਲ ਯੀਲ ਦੱਸਦੇ ਆ ਮੈਂ ਕਿ ਵੱਧ ਤੋਂ ਆ ਝਾੜ ਕਿੰਨਾ ਹੈ ਤਾਂ ਉਹ ਚੱਕਰ ਚ ਨਾ ਫਸਿਓ ਜੋ ਤੁਹਾਡੇ ਖੇਤਾਂ 'ਚ ਕਿਹੜੀ ਕਿਸਮ ਕਿੰਨਾ ਝਾੜ ਦਿੰਦੀ ਆ ਇਹ ਦੇਖੋ ਤਾਂ ਫੇਰ ਜਿਹੜਾ ਹੈਗਾ ਉਸੇ ਕਿਸਮ ਨੂੰ ਅੱਗੇ ਬਾਓ ਬੀਜ ਦੀ ਗ੍ਰੇਡਿੰਗ ਕਰੋ ਬੀਜ ਨੂੰ ਸੋਧ ਕੇ ਬੀਜੋ ਬੀਜ ਬੀਜਣ ਤੋਂ ਪਹਿਲਾਂ ਉਹ ਘਾ ਕੇ ਦੇਖ ਲਓ ਕਿਤੇ ਇਹ ਤਾਂ ਨਹੀਂ ਕਿ ਬੀ ਥੋੜਾ ਉੱਗਿਆ ਹੀ ਨਾ ਜਾਂ ਕੋਈ ਦਿੱਕਤ ਆ ਗਈ ਹੋਵੇ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਜਿਹੜੇ ਵੀ ਨਵੇਂ ਬੀ ਕੀਦ ਰਹੇ ਆ ਬੀਜ ਚੰਗੀ ਜਗ੍ਹਾ ਤੋਂ ਖਰੀਦੋ ਪੱਕਾ ਬਿੱਲ ਨਾਲ ਲਓ ਬਿੱਲ ਬੈਗ ਟੈਗ ਤਿੰਨੇ ਚੀਜ਼ਾਂ ਇਕੱਠੀਆਂ ਕਰਕੇ ਸੰਭਾਲ ਕੇ ਇੱਕ ਜਗ੍ਹਾ ਰੱਖ ਲਓ ਜੇ ਕੱਲ ਨੂੰ ਵੀ ਮਾੜਾ ਨਿਕਲਦਾ ਤੇ ਚੀਜ਼ਾਂ ਕੰਮ ਆਉਣੀਆਂ ਠੀਕ ਹੈ ਬਾਕੀ ਧਿਆਨ ਰੱਖੋ ਸਹੀ ਚੇਕਿਸਮ ਦੀ ਚੋਣ ਕਰੋ ਸਹੀ ਟਾਈਮ ਤੇ ਫਸਲ ਬੀਜੋ ਝਾੜ ਮਿਲੇਗਾ ਆਪਾਂ ਇੱਕ ਇੱਕ ਚੀਜ਼ ਸ਼ੁਰੂ ਕਰਦੇ ਆਂ ਕਿ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ